ਸਾਰੇ ਮੰਦਰ ਮਸੀਤਾਂ ਨੇ ਇੱਥੇ ਗੁਰੂ ਨਾਨਕ ਸਰਕਾਰ ਵੀ ਏ ਨਾਲੇ ਦਾਤਾ ਦਾ ਦਰਬਾਰ ਵੀ ਏ ਮੀਆਂ ਮੀਰ ਜੀ ਦੀ ਦਸਤਾਰ ਵੀ ਏ ਮਾਧੋ ਲਾਲ ਹੋਰਾਂ ਦਾ ਪਿਆਰ ਵੀ ਏ ਇੱਥੇ ਗੁਰੂਆਂ ਦੇ ਵੀ ਦੁਆਰੇ ਨੇ ਜਾਨਵਰ ਕੇ ਮੁਟਿਆਰਾਂ ਦੇ ਜਿਵੇਂ ਦਾਣੇ ਸੁਰਖ ਅਨਾਰਾਂ ਦੇ ਇੱਥੇ ਸਰਸੋਂ ਖਿੜਦੀ ਖੇਤਾਂ ਵਿੱਚ ਜਦੋਂ ਮੌਸਮ ਆਉਣ ਬਹਾਰਾਂ ਦੇ ਲਾਹੌਰ ਲਾਹੌਰ ਇਹ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮੁਅਲੈਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੈ ਕੇ ਚੱਲਾਂਗੇ ਜਿੱਥੇ ਕਿ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਵਿਖੇ ਜੋ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਖਿਆਰਾ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਿਸਾਨ ਦੇ ਖੇਤ ਨੂੰ ਹਰਾ ਭਰਾ ਕੀਤਾ ਸੀ ਉਸ ਤੋਂ ਬਾਅਦ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਮਾਲਜੀ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਛਾਂ ਕੀਤੀ ਸੀ ਅਤੇ ਉਸ ਤੋਂ ਬਾਅਦ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਤੰਬੂ ਸਾਹਿਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਇੱਕ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਅਸੀਂ ਇੱਕ ਡਬਈ ਦਾ ਵੀ ਟੂਰ ਔਰਗਨਾਈਜ਼ ਕੀਤਾ ਹੈ ਉਸ ਦੀ ਜਾਣਕਾਰੀ ਦਿੱਤੀ ਜਾਏਗੀ ਪਿਛਲੇ ਦਿਨੀ ਅਸੀਂ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਗਵਰਨਮੈਂਟ ਨੇ 60 ਸਾਲ ਬਾਅਦ ਗੁਰਦੁਆਰਾ ਭਾਈ ਬੀਬਾ ਸਿੰਘ ਜੀ ਪਸ਼ਾਵਰ ਵਿਖੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਖੋਲ੍ਹਿਆ ਸੀ ਵੈਕਿਊਟਰਸ ਪ੍ਰੋਪਰਟੀ ਬੋਰਡ ਜੋ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਦੇਖਭਾਲ ਕਰਦਾ ਹੈ ਔਰ ਉਸ 'ਤੇ ਜੋ ਸੈਕਟਰੀ ਨੇ ਤਾਰਿਕ ਵਜ਼ੀਰ ਸਾਹਿਬ ਜੋ ਕਿ ਸੰਗਤਾਂ ਦੇ ਵਿੱਚ ਹਰਮਨ ਪਿਆਰੇ ਨੇ ਔਰ ਜਦੋਂ ਵੀ ਅਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦੇ ਹਾਂ ਤਾਰਿਕ ਵਜ਼ੀਰ ਸਾਹਿਬ ਅਤੇ ਇਮਰਾਨ ਸਾਹਿਬ ਸਾਡਾ ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਨੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਤਾਰਿਕ ਵਜ਼ੀਰ ਸਾਹਿਬ ਪਿਸ਼ਾਵਰ ਵਿਖੇ ਗੁਰਦੁਆਰਾ ਭਾਈ ਬੀਬਾ ਸਿੰਘ ਜੀ ਦਾ ਜੋ ਉੱਥੇ ਰੈਸਟੋਰੇਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਦਾ ਮੁਆਇਨਾ ਕਰਨ ਵਾਸਤੇ ਪਹੁੰਚੇ ਉੱਥੇ ਸੰਗਤਾਂ ਨੇ ਉਹਨਾਂ ਦਾ ਬਹੁਤ ਹੀ ਭਰਵਾਂ ਸਵਾਗਤ ਕੀਤਾ ਉਸ ਦੀਆਂ ਤੁਹਾਨੂੰ ਅਸੀਂ ਝਲਕੀਆਂ ਦਿਖਾਵਾਂਗੇ ਅਤੇ ਆਓ ਸਭ ਤੋਂ ਪਹਿਲਾਂ ਪਿਸ਼ਾਵਰ ਵਿਖੇ ਚੱਲੀਏ ਵਿੱਚ ਪਰਿਤਾਂ ਨੇ ਗੁਰਦੁਆਰੇ ਮੰਦਰ ਮਸੀਤਾਂ ਨੇ ਇੱਥੇ ਗੁਰੂ ਨਾਨਕ ਸਰਕਾਰ ਵੀ ਏ ਨਾਲੇ ਦਾਤਾ ਦਾ ਦਰਬਾਰ ਵੀ ਏ ਮੀਆਂ ਮੀਰ ਜੀ ਦੀ ਦਸਤਾਰ ਵੀ ਏ ਮਾਧੋ ਲਾਲ ਹੋਰਾਂ ਦਾ ਪਿਆਰ ਵੀ ਏ ਇੱਥੇ ਗੁਰੂਆਂ ਦੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲੇ ਕਰਵਾ ਰਹੇ ਨੇ ਔਰ ਅੱਜ ਉਸ 'ਤੇ ਉੱਪਰਲੇ ਹਿੱਸੇ ਦਾ ਜੋ ਲੈਂਟਰ ਹੈ ਉਸ ਦੀ ਕਾਰ ਸੇਵਾ ਦਾ ਕੰਮ ਹੋ ਰਿਹਾ ਔਰ ਇਸ ਸਾਰੇ ਦਾ ਜੋ ਸਿਹਰਾ ਹੈ ਅਵੈਕਿਊਟਰਸ ਪ੍ਰੋਪਰਟੀ ਬੋਰਡ ਦੇ ਸੈਕਟਰੀ ਤਾਰਿਕ ਵਜ਼ੀਰ ਖਾਨ ਸਾਹਿਬ ਅਤੇ ਉਹਨਾਂ ਦੀ ਟੀਮ ਡਿਪਟੀ ਸੈਕਟਰੀ ਇਮਰਾਨ ਗੋਂਦਲ ਸਾਹਿਬ ਅਤੇ ਸੈਦ ਫਰਾਜ਼ ਅਬਾਸ ਸਾਹਿਬ ਦੇ ਸਿਰ ਜਾਂਦਾ ਔਰ ਇਹਨਾਂ ਨੇ ਇਸ ਕੰਮ ਵਾਸਤੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਹੈ ਔਰ ਇਹ ਸਾਰੇ ਹੀ ਵਧਾਈ ਦੇ ਪਾਤਰ ਇੱਥੇ ਗੁਰੂ ਨਾਨਕ ਸਰਕਾਰ ਵੀ ਏ ਨਾਲੇ ਦਾਤਾ ਦਾ ਦਰਬਾਰ ਵੀ ਏ ਮੀਆਂ ਮੀਰ ਜੀ ਦੀ ਦਸਤਾਰ ਵੀ ਏ ਮਾਧੋ ਲਾਲ ਹੋਰਾਂ ਦਾ ਪਿਆਰ ਵੀ ਏ ਇੱਥੇ ਗੁਰੂਆਂ ਦੇ ਵੀ ਦੁਆਰੇ ਨੇ ਹਰ ਦਮ ਦਰਸ਼ਨ ਦੀਦਾਰੇ ਨੇ ਇੱਥੇ ਬਾਗਾਂ ਨੱਚਦੇ ਮੋਰੇ ਸਾਡਾ ਲਾਹੌਰ ਲਾਹੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਅਸਥਾਨ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਪੰਜਮ ਪਾਤਸ਼ਾਹ ਜਿਨ੍ਹਾਂ ਦੇ ਸ਼ਹੀਦੀ ਅਸਥਾਨ ਦੀ ਦੁਬਾਰਾ ਉਸਾਰੀ ਦੀ ਕਾਰ ਸੇਵਾ ਚੱਲ ਰਹੀ ਹੈ। ਕੱਲ੍ਹ ਬਰੋਜ਼ ਐਤਵਾਰ ਇੱਥੇ ਐਵੈਕਿਊਟਰਸ ਪ੍ਰੋਪਰਟੀ ਬੋਰਡ, ਗੌਰਮੈਂਟ ਆਫ ਪਾਕਿਸਤਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਸਰਨਾ ਹੋਰਾਂ ਦੀ ਅਗਵਾਈ ਹੇਠ ਕੱਲ੍ਹ ਲੈਂਟਰ ਭਰਿਆ ਜਾ ਰਿਹਾ। ਸਰਦਾਰ ਮਨਜੀਤ ਸਿੰਘ ਸਰਨਾ ਸਾਹਿਬ ਅਤੇ ਬਾਬਾ ਜਗਤਾਰ ਸਿੰਘ ਸਾਹਿਬ ਕਾਰ ਸੇਵਾ ਤਰਨ ਤਾਰਨ ਇਹਦੀ ਉਸਾਰੀ ਦੀ ਕਾਰ ਸੇਵਾ ਆਪਣੀ ਨਿਗਰਾਨੀ ਵਿੱਚ ਕਰਵਾ ਰਹੇ ਨੇ। ਇਹ ਖੁਸ਼ੀ ਦਾ ਸਮੇਂ ਹੈ ਕਿ ਕੱਲ੍ਹ ਐਤਵਾਰ ਵਾਲੇ ਦਿਨ ਇਹ ਸ਼ਹੀਦੀ ਅਸਥਾਨ ਦੀ ਕਾਰ ਸੇਵਾ ਵਿੱਚ ਲੰਟਰ ਲਾਇਆ ਜਾ ਰਿਹਾ। ਸਮੂਹ ਸੰਗਤਾਂ ਨੂੰ ਅਸੀਂ ਦਾਵਾ ਦਿੰਦੇ ਹਾਂ ਕਿ ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ 'ਚ ਆ ਕੇ ਲੰਟਰ ਦੀ ਸੇਵਾ 'ਚ ਹਿੱਸਾ ਲੈਣ, ਅਤੇ ਅਸੀਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਪਰਮਜੀਤ ਸਿੰਘ ਸਰਨਾ ਜੀ ਨੂੰ, ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਅਤੇ ਜਨਾਬ ਤਾਰਿਕ ਖਾਨ ਵਜ਼ੀਰ ਸਾਹਿਬ ਜਿਹੜੇ ਕਿ ਸਕੱਤਰ ਨੇ ਐਵੈਕਿਊਟਰਸ ਪ੍ਰੋਪਰਟੀ ਬੋਰਡ ਦੇ, ਔਰ ਇਮਰਾਨ ਖਾਨ ਗੋਂਦਲ, ਸੈਦ ਫਰਾਜ਼ ਅੱਬਾਸ, ਇਹ ਪੂਰੀ ਟੀਮ ਮੁਬਾਰਕਬਾਦ ਅਤੇ ਵਧਾਈਆਂ ਦੀ ਹੱਕਦਾਰ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਕੰਮ ਮੁਕੰਮਲ ਹੋਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਡੇਰਾ ਸਾਹਿਬ ਵਿਖੇ ਜੋ ਲੈਂਟਰ ਪੈਣ ਦੇ ਕੰਮ ਦੀ ਕਾਰ ਸੇਵਾ ਹੋ ਰਹੀ ਸੀ ਉਹ ਤੁਸੀਂ ਦੇਖ ਰਹੇ ਸੀ, ਅਤੇ ਹੁਣ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੈ ਕੇ ਚੱਲਦੇ ਹਾਂ, ਜਿੱਥੇ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਖਿਆਰਾ ਸਾਹਿਬ ਦੇ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਿਸਾਨ ਦੇ ਖੇਤ ਨੂੰ ਹਰਾ ਭਰਾ ਕੀਤਾ ਸੀ। ਸੋਰਠ ਮਹੱਲਾ ਪੰਜਵਾਂ, ਦੁੱਖ ਰੋਕਾ ਡੇਰਾ ਪੰਨਾ, ਅਨੰਦ ਕਰਹੇ ਨਰ ਨਾਰੀ, ਹਰ ਪ੍ਰਭ ਕਿਰਪਾ ਤਾਰੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕਾ ਡੇਰਾ ਪੰਨਾ, ਅਨੰਦ ਕਰਹੇ ਨਾ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ, ਸੰਤੋ ਸੁਖ ਹੋਆ ਸਭ ਥਾਈ, ਪਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭਨੀ ਜਾਈ, ਰਹੋ ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਿਖਾਨਾ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਿਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ,
ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਪਵਿੱਤਰ ਸਥਾਨ ਜਿੱਥੇ ਮਹਾਰਾਜ ਨੇ ਆਪਣੇ ਡੰਗਰ ਚਾਰਦੇ ਹੋਇਆ, ਇੱਕ ਵੇਲੇ ਦੀ ਗੱਲ ਹੈ ਕਿ ਡੰਗਰ ਚਾਰਦੇ ਜਾਂਦੇ ਇਸ ਸਥਾਨ 'ਤੇ ਆ ਜਾਂਦੇ ਹਨ। ਇੱਥੇ ਇੱਕ ਜ਼ਿਮੀਦਾਰ ਨੇ ਫਸਲ ਬੀਜੀ ਹੁੰਦੀ ਹੈ ਅਤੇ ਉਹਨੇ ਪਿਤਾ ਕਲਿਆਣਦਾਰ ਨੂੰ ਲਾਂਭਾ ਦਿੱਤਾ ਕਿ ਤੇਰੇ ਬਾਲਕ ਨੇ ਮੇਰੀ ਫਸਲ ਜਾੜਤੀ ਹੈ। ਉਹਨੇ ਲਾਂਭਾ ਦਿੱਤਾ ਰਾਏ ਬਲਾਰ ਜੀ ਨੂੰ ਕਿ ਪਟਵਾਰੀ ਦੇ ਬਾਲਕ ਨੇ ਮੇਰੀ ਫਸਲ ਜਾੜਤੀ ਹੈ। ਜਦ ਇੱਥੇ ਲੋਕ ਇਕੱਠੇ ਹੁੰਦੇ ਹਨ ਤਾਂ ਕੀ ਦੇਖਦੇ ਨੇ, ਸਗੋਂ ਪਹਿਲਾਂ ਨਾਲ ਜ਼ਿਆਦਾ ਫਸਲ ਹੈ। ਉਹ ਖੇਤ, ਉਹ ਪੈਲੀ ਜਿਹੜਾ ਜ਼ਿਮੀਦਾਰ ਕਿਹਾ ਗਿਆ ਸਾਰੀ ਉੱਜੜ ਗਈ ਹੈ, ਉਹ ਮਹਾਰਾਜ ਦੀ ਪਾਲ ਕਿਰਪਾ ਨਾਲ, ਆਤਮ ਸ਼ਕਤੀ ਨਾਲ ਉਹ ਦੁਬਾਰਾ ਹਰੀ ਭਰੀ ਹੋ ਗਈ। ਇਹ ਕੌਤਕ ਸਤਿਗੁਰਾਂ ਦਾ ਇੱਥੇ ਹੋਇਆ ਸੀ। ਇਸੇ ਕਾਰਨ ਇਸ ਸਥਾਨ ਨੂੰ ਗੁਰਦੁਆਰਾ ਨਾ ਕਿਆਰਾ ਸਾਹਿਬ ਨਾਂ ਨਾਲ ਜਾਣਿਆ ਜਾਂਦਾ ਹੈ। ਕਿਆਰੇ ਦਾ ਮਤਲਬ ਹੈ ਜ਼ਮੀਨ ਦਾ ਟੁਕੜਾ, ਯਾਨੀ ਪੀਸ ਆਫ ਅਰਥ। ਅਤੇ ਇਸੇ ਕਿਆਰੇ ਵਿੱਚ ਇਹ ਗੁਰਦੁਆਰਾ ਸਾਰਿਆ ਗਿਆ, ਜਿਹਦਾ ਨਾਂ ਹੈ ਗੁਰਦੁਆਰਾ ਕਿਆਰਾ ਸਾਹਿਬ। ਗੁਰਦੁਆਰਾ ਕਿਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਸੀ। ਬ੍ਰੇਕ ਤੋਂ ਬਾਅਦ ਗੁਰਦੁਆਰਾ ਮਾਲਜੀ ਸਾਹਿਬ, ਜਿੱਥੇ ਕਿ ਸੱਪ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੀਸ ਦੇ ਉੱਤੇ ਛਾਂ ਕੀਤੀ ਸੀ, ਉਸ 'ਤੇ ਤੁਸੀਂ ਦਰਸ਼ਨ ਕਰੋਗੇ।